ਕਬੀਰ ਜੀ ਸੂਦਰ ਤੇ ਸੁਣਾਇਆ ਅਜਾ ਪੇਟ ਲੱਗਿਆ ਹੋਇਆ ਬਿਨ ਹੋ ਤਿਆਗ ਕਹਾਂ ਕੋ ਤਿਆਗੀ ਜੇ ਕੋਈ ਤਿਆਗੀ ਹੋਣਾ ਚਾਹੇ ਨਾ ਮਾਇਆ ਦਾ ਹਉ ਮੈਂ ਤੋਂ ਬਿਨਾਂ ਕਿਵੇਂ ਤਿਆਗੀ ਬਣ ਜੂ ਗਈ ਹੋ ਮੈਂ ਤਾਂ ਸਾਰੇ ਚੱਕੀ ਬਣਦੇ ਜਿਹੜਾ ਗੁਰਮੁਖ ਕੋਈ ਤਿਆਗੀ ਹੈ ਉਹਦੇ ਅੰਦਰ ਹੰਕਾਰ ਹੈ ਮੇਰੇ ਵਰਗਾ ਤਿਆਗੀ ਕੋਈ ਨਹੀਂ ਉਹਨੂੰ ਹੰਕਾਰ ਨੇ ਮਾਰ ਲਿਆ ਸਤਸੰਗ ਜੀ ਜਿਹੜੇ ਨਹੀਂ ਤਿਆਗੀ ਉਹਨਾਂ ਨੂੰ ਸਤਸੰਗ ਜੀ ਮਾਇਆ ਦੀ ਪਕੜ ਨੇ ਮਾਰ ਲਿਆ ਦੋਨੋਂ ਹੀ ਗਏ ਇਸ ਕਰਕੇ ਗੁਰੂ ਕਰ ਸਿੱਖ ਹੋ ਮੈਂ ਨਹੀਂ ਧਾਰਦਾ ਐਸੀ ਸੰਗਤ ਦੇ ਆਸਰੇ ਸਤਸੰਗ ਜੀ ਸਰੀਰ ਦੇ ਨਿਰਵਾਹ ਮਾਤਰ ਪਦਾਰਥਾਂ ਨੂੰ ਵੀ ਸਤ ਸੰਤ ਕਰਦਾ ਹੈ ਨਾਲ ਬਾਣੀ ਦੇ ਆਸਰੇ ਆਪਣਾ ਜਨਮ ਵੀ ਸਫਲ ਕਰਦਾ ਸਤ ਸੰਗਤ ਜੀ ਆਹ ਜਿਹੜੀ ਸ੍ਰੀ ਸਾਹਿਬ ਹੈ ਫਿਰ ਕੀ ਇਹ ਆਪਣੇ ਪ੍ਰਯੋਜਨ ਤੋਂ ਕੋਈ ਨਹੀਂ ਹੱਲ ਕਰਦੇ ਕੋਈ ਐਸਾ ਕੰਮ ਨਹੀਂ ਜਿਹੜਾ ਆਪਾਂ ਕਰੀਏ ਤੇ ਵਿਘਨ ਪੈਣ ਦਾ ਨਾ ਖਤਰਾ ਹੋ ਜੇ ਕੋਈ ਤੁਹਾਨੂੰ ਸੰਤ ਭਗਤਾਂ ਨੂੰ ਗੁਰਸਿੱਖਾਂ ਨੂੰ ਕੋਈ ਮਨਮਤੀ ਆ ਕੇ ਸਤਸੰਗ ਜੀ ਵਿਘਨ ਪਾਉਂਦਾ ਉਹਨੂੰ ਕੱਟਣ ਵਾਸਤੇ ਸ੍ਰੀ ਸਾਹਿਬ ਲੇਕਿਨ ਸਤਿਗੁਰੂ ਜੀ ਜੇ ਤੁਸੀਂ ਸਿਮਰਨ ਭਜਨ ਕਰੋਗੇ ਆਪ ਵੀ ਕਿਰਪਾਨ ਦੇਣਗੇ ਧਨ ਵੀ ਉੱਥੇ ਕੋ ਜਗਮਾ ਮੁਕਤ ਚੱਕਰ ਮੈਂ ਜੁੰਦ ਬਚਾਦਾ ਜੇ ਰਚਨਾ ਨਿਕਲ ਰਿਹਾ ਜਸ ਨਾਮ ਜਿਹੜੇ ਪ੍ਰਸਾਦਰ ਤਾਰੇ ਧੀਰੇ ਧਾਮ ਕਰ ਰਿਹਾ ਧਨ ਬੁੱਧ ਸੋਚੀ ਕਿੱਡੇ ਜਾ ਰਿਹਾ ਗਿਆਨੀ ਕੀ ਬਟਨੀ ਉਹਨੂੰ ਹੱਥ ਰਹਿ ਕੱਤ ਤੱਕ ਤਲਵਾਰ ਵਹਾ ਰਹਿ ਮਹਾਰਾਜ ਗਿਆਨ ਦੀ ਤਲਵਾਰ ਦਿੰਦੇ ਹੋਏ ਜਿੰਨਾ ਵੀ ਮਲਬਾ ਹੈ ਪਦਾਰਥਾਂ ਦੀ ਇੱਛਾ ਆਦਿਕ ਗਿਆਨ ਦੀ ਤਲਵਾਰ ਕੱਟ ਕੇ ਆਪਾਂ ਤੋਂ ਪਰੇ ਕਰ ਦਿੰਦੇ ਜਿੰਨੀਆਂ ਡੋਰਾਂ ਨੇ ਦੇਹ ਵਾਸਤੇ ਨੇ ਆਪਣੇ ਵਾਸਤੇ ਨੇ ਮਨੋਰੰਜਨ ਕੀ ਮਾਇਆ ਇਹ ਮਾਇਆ ਫਿਰ ਮਨ ਨੂੰ ਕੁਛ ਕੁਛ ਕਰਦੀ ਹੈ ਸਦਾ ਵਾਸਤੇ ਨਹੀਂ ਲੇਕਿਨ ਸੱਚਾ ਧਨ ਜਦੋਂ ਵੀ ਬੈਠੇ ਹਾਂ ਇਹ ਸੱਚਾ ਧਨ ਹੀ ਇਕੱਠਾ ਕਰਦੇ ਕਰਦਾ ਇਹ ਸੱਚਾ ਧਨ ਹੈ ਔਰ ਨਾਲ ਹੀ ਇਸ ਧਨ ਨੂੰ ਕੌਣ ਪ੍ਰਾਪਤ ਕਰਦਾ ਦੂਜਾ ਧਨ ਜੇਬ ਚ ਪਾ ਲਈਦਾ ਕੋਈ ਕਿੱਥੇ ਅੱਜ ਹੋਇਆ ਕਿਸੇ ਲੇਕਿਨ ਇਹ ਧਨ ਸਾਰਿਆਂ ਦੇ ਹਿਰਦੇ ਚ ਵਸ ਜਾਂਦਾ ਨਿਕਲੇਗਾ ਨਹੀਂ ਇਹ ਕਈ ਵੀ ਜਿੰਨਾ ਧਨ ਭਰ ਭਰ ਕੇ ਝੋਲੀਆਂ ਥੱਕ ਕੇ ਫਿਰ ਖਾਲੀ ਹੋ ਜਾਂਦਾ ਫਿਰ ਭਰਦੇ ਸਾਰੀ ਜ਼ਿੰਦਗੀ ਅੰਤਕਾਲ ਜੋ ਲਕਸ਼ਮੀ ਸੁਰ ਹੈ ਐਸੀ ਚਿੰਤਾ ਦੀ ਉਮਰ ਹੈ ਸਰਫ ਜੋਰ ਵੱਲ ਵੱਲ ਉਤਰਾ ਇਹ ਗੁਰੂ ਕੀ ਸਿੱਖਿਆ ਕੀ ਅਸੀਂ ਸਰਫ ਬਣਾਂਗੇ ਸਤਸੰਗ ਜੀ ਕਰਮੀ ਧਨ ਪਾਤਸ਼ਾਹ ਦੇ ਪੁੱਤਰ ਹੋ ਕੇ ਅੰਤਕਾਲ ਜੋ ਨਲਕੇ ਸਿਮਰ ਹੈ ਐਸੀ ਚਿੰਤਾ ਮੈਂ ਜੇ ਉਮਰ ਹੈ ਸ਼ੁਕਰ ਜੋਨ ਵੱਲ ਵੱਲ ਉਤਰਾ ਕੀ ਖਾਲਸਾ ਜੀਵਨ ਸੂਰਾਂ ਦੀ ਜੁਗਨੀ ਪਵੇਗਾ ਕੀ ਸਾਡਾ ਪੁੱਤਰਾਂ ਚ ਧਿਆਨ ਰਹੇਗਾ ਨਹੀਂ ਖਾਲਸਾ ਸੁਭਾ ਸ਼ਾਮ ਜਦੋਂ ਇਹ ਸੰਗਤ ਨੂੰ ਜੁੜਦਾ ਉਹ ਸਮਝਦਾ ਪੂਰਵ ਜਨਮ ਕੇ ਮਿਲੇ ਸਹਿਯੋਗੀ ਅੰਤ ਕੋ ਨਾ ਸਹਾਈ ਪੂਰਵਲੇ ਜਨਮ ਕਰਕੇ ਅਸੀਂ ਇਕੱਠੇ ਹੋਏ ਹਾਂ ਲੇਕਿਨ ਸਹਾਇਕ ਗੁਰੂ ਪਰਮੇਸ਼ਰ ਹੈ ਜਾਂ ਨਾਮ ਹੈ ਇਹ ਦ੍ਰਿੜ ਕਰਦਾ ਹੈ ਆਪ ਸੱਚੇ ਪਾਤਸ਼ਾਹ ਸਤਸੰਗ ਜੀ ਆਰਤੀ ਆਪਦਾ ਕਿਤਨੇ ਸਾਲ ਸ਼੍ਰੋਮਣੀ ਕਮੇਟੀ ਨੇ ਆਰਤੀ ਬੰਦ ਰੱਖੀ ਹਰਿਮੰਦਰ ਸਾਹਿਬ ਹੁਣ ਚੱਲ ਰਹੀ ਹੈ ਕਹਿੰਦੇ ਹਿੰਦੂਆਂ ਦੇ ਮੰਦਰਾਂ ਵਿੱਚ ਤਦ ਫੜਕਦੇ ਉੱਥੇ ਹੁੰਦੀ ਕਿਤਨੀ ਸਤਸੰਗ ਦੀ ਗਲਤੀ ਹੈ ਮਹਾਰਾਜ ਕਿਰਪਾ ਕਰੇ ਜੋ ਪ੍ਰਾਰਥਨ ਖਾਲਸਾ ਦੀ ਮਰਿਆਦਾ ਚਲੀ ਆ ਰਹੀ ਹੈ ਸ਼ਸਤਰ ਪੂਜਨ ਹੈ ਅੱਜ ਕੌਣ ਕਰਦਾ ਭਾਈ ਜਦੋਂ ਦੁਸਹਿਰਾ ਆਉਂਦਾ ਹੈ ਨੌ ਨਰਾਤੇ ਦਸਵਾਂ ਦੁਸਹਿਰਾ ਹਰ ਸਾਲ ਦੇ ਸ਼ਸਤਰ ਪੂਜਨ ਵੀ ਕਰਦਾ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦਾ ਵੀ ਪੂਜਨ ਹੈ ਭਾਈ ਚੌਂਕ ਦਾ ਵੀ ਹੁੰਦਾ ਸੋ ਐਸੇ ਜੇ ਕੋਈ ਕਿਸੇ ਦੇ ਮਨ ਚ ਭ੍ਰਾਂਤੀ ਹੈ ਉਹ ਪੰਥ ਖਾਲਸੇ ਦੇ ਬੇਨਤੀ ਕਰਕੇ ਉਹ ਕੱਢ ਲਵੇ ਕਿਉਂ ਜਿੰਨਾ ਚਿਰ ਭਰਮ ਹੈ ਉਹਨਾਂ ਚਿਰ ਕਿੱਥੇ ਪਰਮੇਸ਼ਵਰ ਨਰ ਦੇਵੀ ਦੇਵਾ ਪਰਮੇਸ਼ਵਰ ਸਾਧ ਬ੍ਰਹਮੇਵਾ ਸਾਰੀ ਦੁਨੀਆਂ ਭਰਮ ਦੀ ਫਿਰਦੀ ਹੈ ਇਹ ਕੌਣ ਨੀ ਭਰਮਦਾ ਭੈ ਭੰਜਨ ਅਗਨਾਥ ਮੁਨੇ ਅਰਾਧ ਹਰੇ ਸੰਤ ਸੰਗ ਜੇ ਰਿਧ ਵਸਿਓ ਨਾਨਕ ਤੇ ਨਾ ਭਰਮਾ ਕਰਕੇ ਜਿਨ੍ਹਾਂ ਦੇ ਹਿਰਦੇ ਚ ਆਹ ਉਪਦੇਸ਼ ਵਰਤਿਆ ਉਹ ਨਹੀਂ ਭਰਮਾ
ਨਹੀਂ ਤਾਂ ਬੁੱਢਾ ਹੋਇਆ ਕਹਿੰਦਾ ਭਰਮ ਦੇ ਛੱਤ ਦੇ ਜੇ ਥੱਪ ਦੇ ਸੱਚ ਗਿਆ ਮੈਨੂੰ ਤਾਂ ਕੋਈ ਆਨੰਦ ਨਹੀਂ ਆਇਆ ਮਾਇਆ ਘਰਦਿਆਂ ਨੇ ਲੁੱਟ ਲਈ ਬੁਰਾ ਹਾਲ ਹੈ ਮੇਰਾ ਕੋਈ ਸੁੱਖ ਦੀ ਆਵਾਜ਼ ਕੋਈ ਕੱਢਦਾ ਦੇਖਿਆ ਹੈ ਸਤਸੰਗਤ ਜੀ ਇਹ ਸੱਚਾ ਧੰਨ ਹੈ ਆਪ ਸੱਚੇ ਪਾਤਸ਼ਾਹ ਉਪਦੇਸ਼ ਦੇ ਸਨਾਤਨੀ ਰਾਜ ਹੈ ਪੜੋ ਪੰਥੀ ਪੰਥੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੀਨਾ ਤੀਜਾ ਘਰ ਦੂਜਾ ਚਾਪਦੇ ਚਾਰ ਪੌੜੀਆਂ ਵਾਲਾ ਸ਼ਬਦ ਹੈ ਤੀਜੇ ਘਰ ਸੁਰ ਤਾਲ ਦੇ ਅੰਦਰ ਰਾਗਿਆਂ ਨੂੰ ਬੈਨ ਕਰਨ ਦੀ ਆ ਗਿਆ ਹੈ ਵੇਦਾਂ ਚ 64 ਘਰ ਹਨ ਜੇਕਰ ਗੁਰੂਆਂ ਨੇ 17 ਘਰ ਤੱਕ ਹੀ ਆਗਿਆ ਕੀਤੀ ਹੈ ਬੈਨ ਕਰਨ ਦੀ ਸਤਸੰਗਤ ਜੀ ਤੀਸਰੇ ਪਾਤਸ਼ਾਹ ਰਮਨਦਾਸ ਜੀ ਸ਼ਬਦ ਚਾਰਦੇ ਚੌਪਦੇ ਚਾਰ ਪੌੜੀਆਂ ਵਾਲਾ ਸ਼ਬਦ ਹੈ ਇੱਕ ਓਅੰਕਾਰ ਹੋਰ ਕੀ ਹੈ ਚੌਪਦੇ ਚੌਥੀ ਪਦ ਦੀ ਕਿਹੜੀ ਹੈ ਤੁਰੀਆ ਪਦ ਦੀ ਭਾਵ ਅਭਾਵ ਹੋਣਾ ਉਹਦੇ ਅਸਤੀ ਮਨਬੁਧ ਨਾਸੀ ਤੋ ਸਦਾ ਸਹਿਜ ਰਗਦੀਨ ਉਹ ਤੁਰੀਆ ਪਦਵੀ ਵਿੱਚ ਭਾਈ ਰਾਮ ਕੌਰ ਜੀ ਜੈਸੇ ਬਾਬਾ ਬੁੱਢਾ ਜੀ ਜੈਸੇ ਬੇਅੰਤ ਗੁਰੂ ਕੇ ਸਿੱਖ ਸਾਧ ਜੀ ਕਿਤਨੇ ਦਿਨ ਦੀਏ ਜਿਹੜੇ ਉਸ ਪਦਵੀ ਨੂੰ ਪ੍ਰਾਪਤ ਹੋਏ ਉਹ ਪਦਵੀ ਇਹ ਉਪਦੇਸ਼ ਨੂੰ ਘੁਮਾ ਕੇ ਪ੍ਰਾਪਤ ਹੋ ਜਾਂਦੀ ਅੱਗੇ ਵਸਤੂ ਨਿਰਦੇਸ਼ ਮੰਗਣ ਕਰਦੇ ਵਸਤੂ ਨਿਰਦੇਸ਼ ਮੰਗਣ ਉਹਦਾ ਹੁੰਦਾ ਕਿਸੇ ਵਸਤੂ ਦਾ ਨਿਰਮਾਣ ਜੇ ਕੋਈ ਪੁੱਛੇ ਮੂਰਤੀ ਪੂਜਣਾ ਤਾਂ ਕਹੂਗਾ ਆਹ ਦੇਖ ਮੈਂ ਇਹਨੂੰ ਪੂਜਦਾ ਆਪਾਂ ਮੂਰਤੀ ਦੇ ਪੂਜਕ ਨਹੀਂ ਹਾਂ ਆਰਤੀ ਹੋਈ ਹੈ ਪਹਿਲਾਂ ਸਾਥੀ ਵਿਰਾਟ ਰੂਪ ਦੀ ਆਰਤੀ ਲਗਨ ਮੈਂ ਥਾਲ ਆਪਣਾ ਦੀਪ ਬਣੇ ਪਹਿਲਾਂ ਥਾਲ ਕਸ਼ਨ ਕਰ ਦਿੰਦਾ ਵੀ ਥਾਲ ਨੀ ਦੇਖੋ ਥਾਲ ਜੋਤਾਂ ਜਗਦੀਆਂ ਨੇ ਇਸੇ ਤਰ੍ਹਾਂ ਮਹਾਰਾਜ ਨੇ ਜਗਨਨਾਥ ਪੁਰੀ ਜਾ ਕੇ ਮੰਦਰ ਦੇ ਸਾਹਮਣੇ ਇਹ ਸੱਚੀ ਆਰਤੀ ਉਚਾਰਨ ਕੀਤੀ ਹੈ ਇਹ ਨਹੀਂ ਕਿਹਾ ਵੀ ਆਰਤੀ ਕਰਨੀ ਨਹੀਂ ਕਿ ਆਰਤੀ ਇਹੀ ਜੀ ਹੈ ਛੋਟੀ ਜੀ ਆਰਤੀ ਨਹੀਂ ਹੈ ਲੇਕਿਨ ਛੋਟਿਆਂ ਨੇ ਛੋਟੀ ਆਰਤੀ ਭਾਈ ਵੱਡਿਆਂ ਦੀ ਵੱਡੀ ਉਹ ਜਿਹੜੀ ਆਰਤੀ ਗੁਰੂ ਨਾਨਕ ਦੇਵ ਜੀ ਨੇ ਕੀ ਕੀਤੀ ਜਿਹੜੀ ਮੂਰਤੀ ਕਹੀ ਜੀ ਹੈ ਵੀ ਜਿਹਦੀ ਆਰਤੀ ਕੀਤੀ ਸਹਿਸਤਵ ਨੈਣ ਨਰ ਨੈਣ ਹੈ ਤੋਏ ਤੋ ਸਹਿਸ ਮੂਰਤ ਨਾਇਕ ਤੋਈ ਸਹਿਤ ਨਿਰਗੁਣ ਦਾ ਕੋਈ ਵੀ ਨੇਤਰ ਨਹੀਂ ਸਰਗੁਣ ਦੇ ਹਜ਼ਾਰਾਂ ਹੀ ਨੇਤਰ ਨਿਰਗੁਣ ਦਾ ਕੋਈ ਵੀ ਨਹੀਂ ਹੈ ਐਸੀ ਸਾਧਸਾ ਜੀ ਨਿਰਗੁਣ ਤੇ ਸਰਗੁਣ ਨਹੀਂ ਉਹ ਤੁਸੀਂ ਕੌਣ ਕਰੇਗਾ ਗੁਰੂ ਨਾਨਕ ਦੇਵ ਤੋਂ ਬਿਨਾਂ ਦੋਨਾਂ ਉਸ ਤੋਂ ਬਾਅਦ ਭਗਤਾਂ ਨੇ ਸਤਸੰਗ ਜੀ ਜੋ ਭਾਸ਼ਣਾ ਦੇ ਸਹਿਤ ਸਨ ਜਿਨ੍ਹਾਂ ਦੇ ਅੰਦਰ ਸਤਾਮਤਾ ਸੀ ਜੇ ਕਹਿੰਦੇ ਸੀ ਰੋਟੀ ਦੇ ਵਰਗੇ ਕਹਿੰਦੇ ਸੀ ਮਹਾਰਾਜ ਭਗਤੀ ਕੀ ਹੁਣ ਚੰਗੀ ਘਰ ਦੀ ਗਾਲੀ ਵੀ ਚੰਗੀ ਹੋਵੇ ਗਾਲਾਂ ਨਾ ਕੱਢੇ ਕਰਦੀ ਤਰ ਪਾਸ਼ਾ ਦੇ ਪਾਣੀ ਕੇ ਮਾਂਗ ਪਾਥਰ ਮਾਰਦ ਨਾਰ ਕਦੋਂ ਘਰ ਨਾਹਰ ਪਾਣੀ ਮੇਰੇ ਘਰੋਂ ਕੰਮ ਕਰਦਾ ਆਇਆ ਬਾਹਰੋਂ ਵਿਚਾਰਾ ਪਾਣੀ ਕਹਿੰਦੀ ਤੇਰੇ ਹੱਥ ਹੱਟੇ ਥੋੜਾ ਕਹਿੰਦੇ ਘਰ ਵਿੱਚ ਘਰ ਵਾਲੀ ਵਿਆਹੀ ਹੈ ਤੇ ਸ਼ੇਰ ਦੀ ਜੰਗਲ ਦੀ ਮੰਨੀ ਘਰ ਵਿੱਚ ਸਤਸੰਗਤ ਜੀ ਇਸ ਕਰਕੇ ਆਪ ਜੀ ਨੇ ਨਾੜ ਹੀ ਘਰ ਦੀ ਗ੍ਰੀਹਣ ਚੰਗੀ ਘਰ ਦੀ ਗ੍ਰੀਹਣ ਤਾਂ ਬੁੱਧੀ ਹੈ ਆਪਣੀ ਇਹ ਚੰਗੀ ਚਾਹੀਦੀ ਹੈ ਇਹ ਵਿਸ਼ਿਆਂ ਵੱਲ ਨੂੰ ਦੌੜ ਦੌੜ ਫਿਰਦੀ ਹੈ ਜਿਹੜੀ ਇਸ ਸਤਸੰਗ ਗਹਿਣਿਆਂ ਦੀ ਦਾਲ ਚੋ ਹੈ ਸ਼ਿੰਗਾਰ ਦੀ ਦਾਲ ਚ ਪਤੀ ਦਾ ਜੇ ਜੇਬ ਖਾਲੀ ਰੱਖਦੀ ਹੈ ਉੱਥੋਂ ਸਤਸੰਗ ਨਹੀਂ ਜੰਮ ਰਿਹਾ ਉੱਥੋਂ ਸਾਰੀ ਜ਼ਿੰਦਗੀ ਦੁੱਖ ਨਹੀਂ ਭੋਗੇਗਾ ਜਿਹੜੀ ਸਬਰ ਸੰਤੋਖ ਦੇ ਸਹਿਤ ਹੈ ਸਤਸੰਗ ਜੀ ਉੱਥੇ ਦਾ ਸਤਜੋਗ ਵੀ ਵਰਤਦਾ ਹੈ ਉੱਥੇ ਸਤਸੰਗ ਜੀ ਇਹੋ ਜਿਹੇ ਗੁਰਮੁਖ ਵੀ ਪ੍ਰਗਟ ਹੁੰਦੇ ਉਸ ਬੀਬੀਆਂ ਦੀ ਮੁਖ ਤੇ ਜਿਹੜੇ ਮਨਮੁਖੀਏ ਨੇ ਉਹ ਵਿਅਸ ਦੇਖ ਦੋ ਉਹ ਵੀ ਜਰੂਰ ਰਹਿੰਦੇ ਸੁਣੋ ਵਿਚਾਰ ਇਹ ਸਤਸੰਗ ਜੀ ਵਸਤੂ ਨਿਰਦੇਸ਼ ਮੰਗਣ ਹੈ ਕਿਸੇ ਵਸਤੂ ਦਾ ਨਿਰਣਾ ਕਿਹੜੀ ਵਸਤੂ ਦਾ ਨਿਰਣਾ ਹੈ ਸਭ ਤੋਂ ਵੱਡੀ ਵਸਤੂ ਵਾਹਿਗੁਰੂ
ਇੱਕ ਓਮਕਾਰ ਸਤਿਗੁਰ ਪ੍ਰਸਾਦ, ਇੱਕ ਅਦਵੈਤ ਗੁਰੂ ਪਰਮੇਸ਼ਰ ਉਹਦੇ ਚ ਦੁਆਇਆ ਛੱਡਿਆ ਔਰ ਸਰਵ ਦਾ ਪ੍ਰਕਾਸ਼ ਵੀ ਹੈ। ਸਤੂਆ ਚ ਨਹੀਂ ਹੁੰਦੀ ਸਾਧੂ ਜਿਹੜਾ ਹੁੰਦਾ ਸਾਧੂ ਜੀ ਮੌਕ ਮਿੱਟੀ ਸਾਧੂ ਆ ਹੁਣ ਸਾਧੂ ਵਹੀ ਜਗ ਜਾਣੀ ਹੈ ਜਾ ਕੇ ਨਹੀਂ ਉਪਾਧ ਮਨ ਸਾਧੂ ਕਿਸੇ ਦਾ ਬੁਰਾ ਨਹੀਂ ਗੁਰਸੇ ਕਦੇ ਕਿਸੇ ਦਾ ਬੁਰਾ ਨਹੀਂ ਦੇਖਣ ਪ੍ਰਕਾਸ਼ ਨਹੀਂ ਕਰ ਸਕਦੇ ਕਿਸੇ ਵਾਹਿਗੁਰੂ ਅਦਵੈਤ ਸਰੂਪ ਵੀ ਹੈ ਸਾਨੂੰ ਦਾ ਪ੍ਰਕਾਸ਼ ਕਰਨਾ ਲੇਕਿਨ ਉਹਦਾ ਪ੍ਰਕਾਸ਼ ਸਾਨੂੰ ਸੂਰਜ ਮੰਨਣਾ ਕਿ ਸੂਰਜ ਦਾ ਪ੍ਰਕਾਸ਼ ਇਹੀ ਰੱਬ ਹੈ ਨਹੀਂ ਲੁਪਤ ਪ੍ਰਕਾਸ਼ ਰੱਖਣ ਚੇਤਨ ਰੱਖਣ ਉਹਦੇ ਪ੍ਰਕਾਸ਼ ਨੂੰ ਕੋਈ ਡੁਬੋ ਨਹੀਂ ਕਰਦਾ ਆਹ ਸੂਰਜ ਦਾ ਸਭ ਤੋਂ ਵੱਡਾ ਪ੍ਰਕਾਸ਼ ਹੈ ਇਹ ਸੰਸਾਰ ਸੰਗਰੀ ਬਦਲ ਹੀ ਢੱਕ ਲੈਂਦਾ ਸਰਵ ਦਾ ਪ੍ਰਕਾਸ਼ਕ ਹੈ ਅਦਵੈਤ ਸਰੂਪ ਹੈ ਚਿੰਨਾ ਕਰਨਾ ਨਾਸ ਹੋਣ ਤੋਂ ਰਹਿਤ ਹੈ ਗੁਰੂ ਚੇਤਨ ਹੈ ਗੁਰੂ ਸਰੂਪ ਧਾਰ ਕੇ ਕਲਯੁਗ ਦੇ ਸਮੇਂ ਚ ਆਪਣੇ ਬਾੜੀਆਂ ਨੂੰ ਸਜਾਉਣ ਵਾਲਾ ਹੈ ਔਰ ਪ੍ਰਸਾਦ ਆਨੰਦ ਸਰੂਪ ਵੀ ਸਹੀ ਵਾਰੀ ਇਹ ਵਸਤੂ ਨਿਰਦੇਸ਼ ਮੰਗਲ ਵਾਰ ਵਾਰ ਗੁਰਬਾਣੀ ਚ ਆਉਂਦਾ ਹੈ ਗੁਰੂ ਪੜ੍ਹਦੇ ਤੇ ਆਪਣਾ ਜਨਮ ਸੁਖਣਾ ਕਰਦੇ ਇਹ ਕਿਉਂ ਜਨਮ ਕੀਤਾ ਹੈ ਕੋਈ ਵੀ ਸਤਸੰਗ ਜੀ ਸਭ ਤੋਂ ਵੱਡਾ ਮੋਟੀ ਮੱਤ ਵਾਲਾ ਜੱਟ ਹੁੰਦਾ ਉਹ ਵੀ ਜਦ ਫਲ ਜੋੜਦਾ ਹੈ ਬੋਲਦਾ ਨੂੰ ਕਹਿੰਦਾ ਬੋਲ ਵਾਹਿਗੁਰੂ ਐ ਕਹਿ ਕੇ ਸ਼ੁਰੂ ਕਰਦਾ ਆਪਾਂ ਵੀ ਜਦੋਂ ਘਰਾਂ ਚ ਭੋਜਨ ਛਕਦੇ ਕਹਿੰਦੇ ਵਾਹਿਗੁਰੂ ਮਾਈਆਂ ਰੋਟੀ ਪਕਾਉਣ ਲੱਗਦੀਆਂ ਇਹਦਾ ਬੇੜਾ ਸਮਝੇ ਕਹਿੰਦੇ ਵਾਹਿਗੁਰੂ ਉਹਨੂੰ ਮੰਗਲ ਕਹਿੰਦੇ ਉਹਦਾ ਪ੍ਰਯੋਜਨ ਕੀ ਹੁੰਦਾ ਮਾਈ ਦੇ ਕਹਿੰਦਾ ਹੇ ਪਰਮੇਸ਼ਰ ਅੱਜ ਨਾ ਮੈਂ ਭੋਜਨ ਪਕਾਉਣ ਲੱਗੀ ਹਾਂ ਇਹ ਮੇਰੇ ਬੱਚਿਆਂ ਨੇ ਖਾਣ ਲੱਗੇ ਤੇ ਦਰਦੀ ਨਾ ਹੋਣ ਲੱਗ ਜਾਂਦੇ ਇਹ ਸਫਲਾ ਇਸ ਕਰਕੇ ਸਤਿਗੁਰੂ ਜੀ ਨੇ ਕਿਉਂ ਚਾਰਨ ਕੀਤਾ ਕਿ ਜੇ ਮੇਰੇ ਪਿਆਰੇ ਆ ਗੁਰਸਿੱਖ ਨੇ ਨਾ ਸਾਡਾ ਉਪਦੇਸ਼ ਇਹਨਾਂ ਦੇ ਹਿਰਦੇ ਚ ਵਸਦਾ ਇਹ ਇੱਛਾ ਪਰ ਪੁਕਾਰ ਨਾ ਹੀ ਕੁਛ ਖੋਜ ਇਹ ਗੁਰੂ ਅਮਰਦਾਸ ਜੀ ਨੇ ਮੰਗਲ ਕਰਕੇ ਵਾਹਿਗੁਰੂ ਦਾ ਇਹ ਕਾਰਕੁਰ ਸੰਤਰ ਜਾਂਦੇ ਨਾਲੇ ਪਰਮੇਸ਼ਰ ਦਾ ਰੂਪ ਹਨ ਕੋਈ ਅੰਤਰਾ ਨਹੀਂ ਹੈ ਪਰ ਸਾਕਾਰ ਰੂਪ ਧਾਰਿਆ ਹੈ ਜੇ ਧਾਰੀ ਹੈ ਲੇਕਿਨ ਵਸਤੂ ਨਿਰਦੇਸ਼ ਮੰਗਲ ਕਰਕੇ ਸੰਤਾਂ ਨੂੰ ਉਪਦੇਸ਼ ਦਿੰਦੇ ਧਨ ਖੁੱਟ ਨਾਨਕ ਧਨ ਤਾਂ ਬਹੁਤ ਹਨ ਸੋਨਾ ਚਾਂਦੀ ਵਗੈਰਾ ਹੀਰੇ ਜਵਾਹਰਾਤ ਪਾਰਸ ਇਹ ਸਾਰੇ ਤਰ੍ਹਾਂ ਤਰ੍ਹਾਂ ਦਾ ਧਨ ਹੈ ਤੇ ਨਹੀਂ ਲੇਕਿਨ ਸਾਥ ਨਹੀਂ ਮੰਗਦਾ ਇਹੋ ਜਿਹਾ ਧਨ ਹੈ ਜਿਹੜਾ ਆਪਣਾ ਨਾਲ ਹੀ ਜਾਵੇ ਕੋਈ ਸੂਰ ਸੀ ਸਤਸੰਗ ਜੀ ਉੜਾ ਸਾਰੀ ਜ਼ਿੰਦਗੀ ਧਨ ਘਰ ਜਾਂਦਾ ਲੁਕੋ ਲੁਕੋ ਕੇ ਨਾ ਅੱਜ ਕੱਲ੍ਹ ਤਾਂ ਅੱਜ ਕਾਗਜ਼ਾਂ ਦੇ ਬਣ ਕੇ ਧਨ ਅੱਗੇ ਸੋਨੇ ਦੀਆਂ ਮੋਹਰਾਂ ਤੇ ਚਾਂਦੀ ਦੇ ਰੁਪਈਏ ਹੋਈ ਅੰਦਰ ਤੰਬੀ ਵਾਲੇ ਅੰਦਰ ਦਬਾਉਂਦਾ ਰਿਹਾ ਇਹ ਨਹੀਂ ਦਿੱਤਾ ਰਾਤ ਨੂੰ ਦੇਖਣ ਜਾਇਆ ਕਰੇ ਕਿਸੇ ਨੂੰ ਪੜਤਾ ਹੀ ਤੇ ਇੰਨੀ ਸੁਰਤੀ ਹਰ ਵੇਲੇ ਅੰਤਕਾਰ ਜੋ ਸਤਸੰਗ ਜੀ ਤੁਹਾਨੂੰ ਜਦੋਂ ਦਾ ਸਭ ਕੁਝ ਨਹੀਂ ਪ੍ਰਾਪਤ ਕਰਦਾ ਜਿਸ ਵੇਲੇ ਅੰਤ ਦਾ ਸਮਾਂ ਆਇਆ ਜਮਾਨਾ ਦਿੱਤੀ ਦਿਖਾਈ ਤੇ ਕਹਿੰਦੇ ਵੀ ਚੱਲ ਕਹਿੰਦਾ ਵੀ ਮੈਨੂੰ ਬਾਹਰ ਵਾਲੇ ਕਿਸੇ ਨਾਲ ਗੱਲ ਕਰ ਲੈਣ ਦਿਓ ਹੌਲੀ ਹੌਲੀ ਉੱਠਿਆ ਅੰਦਰ ਜਾ ਕੇ ਤੁਹਾਨੂੰ ਕਹਿੰਦਾ ਬਾਹਰ ਆ ਜਾਂਦੇ ਜਾਣ ਵਾਲੇ ਮੇਰੇ ਨਾਲ ਨੀ ਚੱਲੇਗਾ ਜਾ ਪਾਪੀ ਆ ਮੈਨੂੰ ਤਾਂ ਕਿਤੇ ਦਾਨ ਵਿੱਚ ਸਫਲ ਨਹੀਂ ਕੀਤਾ ਮੈਨੂੰ ਤਾਂ ਹਵਾ ਨੀ ਡੱਗਣ ਦਿੱਤੀ ਵੱਟ ਮਾਰ ਗਿਆ ਅੰਦਰ ਕੁੜੀ ਵਾਲੇ ਜਾਂ ਛੱਡ ਮੇਰੇ ਬੱਚੇ ਨਾਲ ਗੱਲ ਜਦੋਂ ਝਿੜਕਿਆ ਤੁਹਾਨੂੰ ਸਤਸੰਗ ਜੀ ਮਾਇਆ ਨੇ ਹੁਣ ਬਹੁਤਾ ਜ਼ਿਆਦਾ ਸੀ ਜਦੇ ਪੁੱਟ ਕੇ ਮੂਹਰਾ ਖਾ ਗਿਆ ਅੰਦਰ ਲੰਘਾ ਗਿਆ ਬਾਹਰ ਨਿਕਲਿਆ ਆਪਣਾ ਸਮਾਂ ਤਾਂ ਆਉਗਾ ਹੀ ਸੀ ਉਸ ਵੇਲੇ ਸਤਸੰਗਤ ਜੀ ਜਦ ਲੈ ਗਏ ਕੀ ਖੱਟਿਆ ਪਿੰਡ ਨਾ ਖੱਟਿਆ ਜਿਸ ਵੇਲੇ ਸੰਸਕਾਰ ਕੀਤਾ ਫੁੱਲ ਚੁਗਣ ਗਏ ਉੱਥੇ ਸੋਨਾ ਹੀ ਸੋਨਾ ਫੁੱਲ ਰਿਹਾ ਹੋਇਆ ਬੁੜਾ ਨੂੰ ਖਾ ਗਿਆ ਕਹਿੰਦੇ ਵੀ ਆ ਕਹਿੰਦੇ ਬੁੜੇ ਨੇ ਉਹ ਦਿੱਤਾ ਨੀ ਘਰਦਿਆਂ ਨੂੰ ਆ ਦੇਖੋ ਅੰਦਰ ਵੜ ਕੇ ਖਾ ਗਿਆ ਕਹਿੰਦੇ ਚਲੋ ਇਹਦਾ ਭਲਾ ਹੋ ਜੂ ਉਸ ਤੋਂ ਬਾਅਦ ਆਪਾਂ ਸੰਗਤ ਨੂੰ ਬੁਲਾ ਕੇ ਇਹ ਧਨ ਇੱਥੇ ਲਾਈਏ ਉਦਾਰ ਕਰੀਏ ਦੇਖ ਜਿਹਨੇ ਜਿਉਂਦੇ ਨੇ ਦਾਨ ਨਹੀਂ ਕੀਤਾ ਅਤੇ ਨਾ ਕੁਮਾਰਾ
ਨਾਲ ਹੀ ਇਹ ਵੀ ਹਿਸਾਬ ਨਾਲ ਸਤਾਰ ਤੇ ਕਿਹੜਾ ਲੱਗਾ, ਬਿਮਾਰੀਆਂ ਤੇ ਕਿੰਨਾ ਲੱਗਾ, ਆਹ ਫੈਸ਼ਨਾਂ ਤੇ ਕਿੰਨਾ ਲੱਗਾ, ਹਜ਼ੂਰ ਸਤਸੰਗ ਜੀ ਕੀ ਦੇਖੇ ਲੱਗਿਆ। ਮਾਇਆ ਹੈ ਤੇ ਭੰਤ ਸੀ ਦੋਏ ਚਲਾਏ ਦਾ, ਇੱਕ ਨਾ ਨਰਕ ਬਚਾਉਂਦੀ ਇੱਕ ਸਵਰਗ ਲੈਂਦਾ, ਇੱਕ ਸਵਰਗ ਵੀ ਤਾਂ ਫਾ ਦਿੰਦੀ ਦੂਜੀ ਨਰਕ ਨੂੰ ਵੀ ਲੈ ਜਾਂਦਾ। ਅੱਜ ਆਪਾਂ ਦ੍ਰਿਸ਼ਟੀ ਪ੍ਰੇਮੀ ਦੇ ਘਰ ਆਏ ਹਾਂ, ਭੋਜਨ ਤਿਆਰ ਕੀਤਾ, ਸਾਰੀ ਸੰਗਤ ਦੀ ਧੂੜੀ ਮੱਛੇ ਚਲਾਈ ਹੈ, ਕਿੰਨੇ ਉੱਤਮ ਭਾਗ ਹਨ। ਸੋ ਨਾਲ ਹੀ ਇਹ ਜਿਹੜਾ ਚਿੰਤਾ ਸੰਗਤ ਦੇ ਲਿਖੇ ਦਰਖਾਹੇ ਪ੍ਰਵਾਨਾ ਬਣਦਾ, ਇਹ ਮਾਇਆ ਕੀ ਪ੍ਰਭਾਵ ਦਾ ਕਰਤੀ ਹੋਈ, ਗੁਰਮੁਖਾਂ ਨੂੰ ਕੀ ਫਲ ਮਿਲੇਗਾ ਬਈ, ਇਹ ਅਦ੍ਰਿਸ਼ਟ ਫਲ ਹੈ ਦਿਸਦਾ ਨਹੀਂ, ਇਹਦਾ ਫਲ ਹੈ ਮਨ ਵਿੱਚ ਬਰਾਗ ਪੈਦਾ ਹੋ ਗਿਆ, ਸੋ ਭਜਨ ਕਰਨ ਨੂੰ ਰੁਚੀ ਹੀ ਲੱਗ ਜਾਂਦੀ। ਜੇ ਨਹੀਂ ਇੱਛਾ ਹੈ ਤਾਂ, ਜੇ ਇੱਛਾ ਹੈ ਸੰਗਤ ਆਈ ਹੈ ਮੇਰੇ ਆਹ ਇੱਛਾ ਤੇਰੀ ਪੂਜੇ, ਉਹ ਫਿਰ ਪਦਾਰਥਾਂ ਦੀ ਇੱਛਾ ਪੂਰੀ ਨਹੀਂ ਮਨ। ਲੇਕਿਨ ਇਹ ਧਨ ਜਿਹੜਾ ਸੰਘ ਕੀ ਦੇਹ ਨਾ ਸੰਘ ਸੁਧਾ ਹੈ, ਆ ਦੇਹ ਤਾਂ ਨਾਲ ਲੈ ਕੇ ਗਏ ਨੇ, ਤੇ ਸਤਸੰਗ ਜੀ ਧਨ ਕਿਵੇਂ ਨਾਲ ਚਲਾ ਜਾਂਦੇ। ਇੱਕ ਮੂਰਖ ਗਵਾਰ, ਇੱਕ ਮੂਰਖ ਹੁੰਦਾ ਗਵਾਰ ਮੂਰਖ ਹੁੰਦਾ, ਉਹ ਕਿਹੜਾ, ਇੱਕ ਵਿਗੜਿਆ ਹੋਇਆ ਇੱਕ ਚਿਗੜਿਆ ਹੋਇਆ, ਉਹ ਕੀ, ਇੱਕ ਤਾਂ ਮੂਰਖ ਹੈ ਉਹਨੂੰ ਸਮਝਾਈਏ ਸਮਝ ਜਾਂਦਾ, ਜਿਹੜਾ ਚਿਗੜਿਆ ਹੋਇਆ ਜੇ ਕਹੋ ਆ ਚੱਲੀਏ ਸੰਗਤ ਚ, ਕਹਿੰਦਾ ਤੇਰੀ ਪੂਛ ਫੜ ਕੇ ਮੈਂ ਤਾਂ ਅੱਜ ਤੂੰ ਜਾਇਆ ਬਣਾਤਾ ਤੁਹਾਨੂੰ ਤਾਂ ਬਸੂ, ਉਹਨੂੰ ਪਾਂਬਰ ਕਹਿੰਦੇ, ਹਰ ਜਸਣੇ ਨਾ ਹਰ ਗੁਣ ਗਾਵੈ ਵਤਨ ਹੀ ਅਸਮਾਨ ਗੁਰਾਵੈ, ਐਸੇ ਡੋਗਰ ਸੋਖਾ ਕਹੀਏ ਜੋ ਪ੍ਰਭੂ ਭਗਤੇ ਬਾਅਦ ਚੰਤੇ ਸਜਾ ਰਾਨੇ ਰਹੀਏ, ਉਹਨਾਂ ਤੋਂ ਤਾਂ ਡਰਦੇ ਹੀ ਰਹੀਏ। ਗੁਰੂ ਕੇ ਹਮ ਦਾਸ, ਐਸੀ ਕੈਟੇਗਰੀ ਦੇ ਬੰਦੇ ਵੀ ਹੈ ਕਿ ਨਹੀਂ ਸੰਸਾਰ ਦਾ ਦਰਸਾ ਜੀ, ਉਹਨਾਂ ਨੂੰ ਅਗਿਆਨ ਦੀ ਅਸੁਖਤਾ ਪਰ ਸ਼ਕਤੀ ਉਹਨਾਂ ਦੇ ਉੱਤੇ ਪ੍ਰਭਾਵ ਪਾਉਂਦਾ, ਔਰ ਸੰਸਾਰ ਦੇ ਆਮ ਜੀਵਾਂ ਤੇ ਅਗਿਆਨ ਦੀ ਅਭਾਨਾ ਭਾਵ ਸ਼ਕਤੀ ਆਪਣੇ ਕਿ ਵੀ ਰੱਬ ਹੋਣਾ ਤਾਂ ਹੈ, ਪ੍ਰਤੀਤ ਹੀ ਨਹੀਂ ਹੁੰਦਾ, ਜਾਂ ਬਹੁਤੇ ਕਹਿਣ ਵਾਲੇ ਉਹ ਕਹਿਣ ਵਾਲੇ ਨੇ ਵੀ ਰੱਬ ਹੈ ਹੀ ਨਹੀਂ, ਆ ਜਾ ਕੇ ਨੁਕਸਾ ਕਰਾ ਕਰ, ਐਸੇ ਵੀ ਹਨ। ਲੇਕਿਨ ਆਹ ਜਿਹੜੇ ਗੁਰਮੁਖ ਨੇ ਇਹਨਾਂ ਦੀ ਜ਼ਿੰਦਗੀ ਵਿਲੱਖਣ ਹੈ, ਸੰਗਤ ਜਿਹੜੇ ਗੁਰਮੁਖ ਸ਼ਰਧਾ ਬਨ ਰੰਗ ਤੇ ਗਿਆਨ ਕਹਿੰਦੇ, ਉਹ ਮੂਰਖ ਗਵਾਰ ਗਵਾਰ ਹਨੇਰੇ ਨੂੰ ਵੀ ਕਹਿੰਦੇ, ਅਗਿਆਨ ਦਾ ਹਨੇਰਾ ਹੈ ਉਹਨਾਂ ਦੇ ਅੰਦਰ, ਜਿਹੜੇ ਭਾਈ ਇਸ ਧਨ ਨੂੰ ਇਕੱਠਾ ਕਰਦੇ ਹੈ ਪੂਰੇ ਸਤਿਗੁਰ ਦੀਆ ਦਿਖਾਏ, ਨਾਲ ਹੀ ਇਹ ਧਨ ਫੁੱਟ ਨਾ ਨੂੰ ਫੁੱਟ ਨਾ ਜਾਏ, ਆਹ ਜਿਹੜਾ ਧਨ ਆਪਾਂ ਇਕੱਠਾ ਕੀਤਾ ਸਰੋਤਿਆਂ ਨੇ ਸੁਣ ਕਰਕੇ ਨਾਮ ਨੂੰ ਹਿਰਦੇ ਚ ਵਸਾਇਆ, ਬਖਤਾਂ ਨੇ ਰਸਨਾ ਨੂੰ ਪਵਿੱਤਰ ਕੀਤਾ, ਨਾਲ ਹੀ ਸਤਸੰਗ ਇਹ ਧਨ ਦਾ ਆਨੰਦ ਮਾਣਿਆ, ਇਹ ਹੈ ਅਸਲ ਇਹ ਸਤਸੰਗ ਜੀ, ਇਹੀ ਧਨ ਗ੍ਰਿਸ਼ਟੀ ਇੱਕ ਨੱਚਣ ਵਾਲੀ ਲਿਆਉਂਦੇ ਹੈ, ਆ ਦੂਜੇ ਠੇਕੇਦਾਰਾਂ ਕੋਲੋਂ ਸ਼ਰਾਬ ਦੀਆਂ ਬੋਤਲਾਂ ਲਿਆਉਂਦੇ, ਉੱਥੇ ਵੀ ਖਰਚਦੇ ਹਨ, ਇੱਥੋਂ ਕੋਈ ਜਾਵੇ ਨਾਲ ਦੇ ਦੋਸਤ ਕਹਿਣਗੇ ਬਾਹਰੋਂ ਆਇਆ ਕਮਾ ਕੇ, ਜਾ ਕੇ ਨੱਚਣ ਵਾਲੀ ਪਿੰਡ ਫਿਰ ਖੋਜ ਕਰ ਤਾਰੇ ਪਿੰਡ ਵਾਲਿਆਂ ਨੂੰ, ਉਹ ਤੁਹਾਨੂੰ ਕਿਸੇ ਦੇਖੇ ਸਤਸੰਗ ਜੀ, ਆਪ ਵੀ ਨਰਕਾਂ ਦੇ ਅਧਿਕਾਰੀ ਤੇ ਪਿੰਡ ਵਾਲੇ ਵੀ ਡੋਬੇ ਪਿੱਛਣਾ। ਸੋ ਪ੍ਰੇਮੀਓ, ਜਿਹੜਾ ਗੁਰੂ ਸੰਗਤ ਦੇ ਨਾਲ ਪਿਆਰ ਕਰਦਾ ਹੈ ਉਹਨੂੰ ਸਾਰਿਆਂ ਪੱਖਾਂ ਤੋਂ ਆਨੰਦ ਹੀ ਆਨੰਦ ਹੁੰਦਾ, ਤਾਂ ਕਹਿੰਦੇ ਹਨ ਭਾਈ ਕਾਟਾ ਧਨ ਹੈ ਇਹੋ ਧਨ ਅਖੁੱਟ ਨਾਨਕ ਦੂਜਾ ਧਨ ਮੁੱਕਦਾ ਹੈ ਜਦੋਂ ਆਉਂਦਾ ਪਕਾਉਣ, ਇਹਨੂੰ ਕਮਾਉਣਾ ਵੀ ਔਖਾ, ਜਿਹਨੇ ਕਮਾਇਆ ਨਾ ਉਹ ਘਰਦਿਆਂ ਨੂੰ ਕਹਿੰਦਾ ਮੈਨੂੰ ਪਤਾ ਕਿਵੇਂ ਕਮਾਇਆ, ਨਾਲ ਹੀ ਰੱਖਣਾ ਵੀ ਔਖਾ ਹੈ, ਚੋਰਾਂ ਤੋਂ ਰੱਖੋ ਟੈਕਸ ਤੋਂ ਰੱਖੋ, ਬੜਾ ਭਾਰੀ ਝੂਠ ਬਣਾਉਂਦਾ ਨਾਲੇ, ਜੇ ਭੈਣ ਭਾਈ ਮੰਗਣ ਸਹੁੰ ਖਾਉਂਦਾ ਹੈ ਹੀ ਇੱਕ ਪੈਸਾ ਝੂਠ ਵੀ ਬਣਾਉਂਦਾ, ਲੇਕਿਨ ਅੰਤ ਨੂੰ ਦੁੱਖ ਰੂਪ ਹੈ, ਛੱਡਣਾ ਵੀ ਔਖਾ, ਜਿਉਂ ਜਿਉਂ ਮੁੱਕਦਾ ਹੁਣ ਮੁੱਕ ਚੱਲਿਆ ਕਹਾਂ ਤਨਖਾਹ ਉਹ ਤਾਂ ਕਰਕੇ। ਸਤਸੰਗ ਜੀ ਤਿੰਨੇ ਕਾਰਜ ਹੀ ਇਹ ਧਨ ਦੁੱਖ ਰੂਪ ਹੈ, ਲੇਕਿਨ ਜੇ ਕੋਈ ਇਹਦੇ ਤਿਆਗੀ ਜੇ ਕਿਹੜਾ ਦੁੱਖ ਰੂਪ ਨਹੀਂ ਹੈ, ਸਦਾ ਵਾਸਤੇ ਕਦੇ ਕੋਈ ਰੋਗ ਕਦੇ ਕੋਈ ਰੋਗ ਹੈ, ਤੋ ਮਨ ਨੂੰ ਸਤਸੰਗ ਜੀ ਕਿਤਨੇ ਰੋਗ ਸਿਮੜੇ ਹੋਏ, ਕ੍ਰਿਸ਼ਨਾ ਦਾ ਰੋਗ ਹੈ,
ਐਸੇ ਰੋਗਾਂ ਦੀ ਨਿਵਰਤੀ ਅਰਥੇ ਜੇ ਕੋਈ ਪੁੱਛੇ ਵੀ ਗੁਰੂ ਨਾਨਕ ਦੇਵ ਸੰਤ ਕਿਉਂ ਜਾਂਦੇ ਹੈ, ਸੱਚਾ ਸੱਤ ਮਹਾਰਾਜ ਦੇ ਗੁਰਾਂ ਦੇ ਔਰ ਆਹ ਧਨ ਹੈ ਜਿਹੜਾ ਨਾ ਨੁਖੁੱਟੇ ਨਾ ਜਾਏ, ਇਹ ਨਾ ਤੁਹਾਡੇ ਕੋਲੋਂ ਕੋਈ ਜਾਊਗਾ, ਆਹ ਜਿਹੜਾ ਧਨ ਕਮਾਵਾਂਗੇ ਈਸ਼ਵਰਾਂ ਨੇ ਹਿੱਸਾ ਬਣਾ ਲੈਣਾ, ਬਈ ਤੂੰ ਇੱਥੇ ਗਿਆ ਨੌਕਰੀ ਕੀਤੀ ਮੈਂ ਇੱਥੇ ਜ਼ਿੰਮੇਵਾਰੀ ਕੱਢੇ ਸਾ, ਲੇਕਿਨ ਆਹ ਜਿਹੜਾ ਇੱਥੇ ਬੈਠ ਕੇ ਕੀਰਤਨ ਸੁਣੋ ਬਾਣੀ ਪੜ੍ਹੋ ਇਹਦਾ ਤਾਂ ਹਿੱਸਾ ਕੋਈ ਬਣਾ ਨਹੀਂ ਸਕਦਾ, ਨਾਨ ਫੁੱਟੇ ਨਾ ਜਾਏ ਇਹ ਕਿੰਨਾ ਨੇ ਧਨ ਦਿਖਾਇਆ ਹੈ, ਧਨ ਸਾਰੀ ਦੁਨੀਆਂ ਦੇ ਦੁੱਖ ਦੁੱਖ ਹੋ ਗਏ, ਲੇਕਿਨ ਨਾਮ ਧਨ ਤਾਂ ਗੁਰੂ ਦੇ ਸਿੱਖੀ ਸਤਿਆਂ ਦੀ ਮੋਦ ਕਰੋਗੇ, ਆਪਣਾ ਹੈ ਤਾਂ ਸਤਿਗੁਰੂ ਹੈ, ਨਹੀਂ ਤਾਂ ਛਾਟ ਹਾਟ ਪ੍ਰਾਨ ਵਗਾਨ ਕਹਿ ਹੈ, ਸਾਰੀ ਦੁਨੀਆਂ ਮਤਲਬ ਦੀ ਹੈ, ਕੋਈ ਵੀ ਸਤਸੰਗ ਜੀ ਦੂਸਰੇ ਵਾਸਤੇ ਨਹੀਂ, ਕਹਿੰਦਾ ਮੈਨੂੰ ਕੀ ਸੁੱਖ ਮਿਲੂਗਾ, ਸਤਸੰਗ ਜੀ ਆਪ ਜੀ ਕਹਿੰਦੇ ਆਪਣੇ ਸਤਿਗੁਰ ਤੋਂ ਸਦਾ ਬਲਿਹਾਰ ਕਰਵਾਉਣ ਜਾਈਏ, ਆਪਣੇ ਹੈ ਤਾਂ ਭਾਈ ਗੁਰੂ ਜੀ ਹਨ, ਗੁਰ ਕਿਰਪਾ ਤੇ ਹਰ ਮਨ ਵਸਾਈ, ਜੇਕਰ ਗੁਰੂ ਸਾਹਿਬ ਕਿਰਪਾ ਕਰਦੇ ਇਹ ਹਰੀ ਰਾਮ ਆ ਜਿਹੜਾ ਮਨ ਮੰਨਣ ਕਰਦਾ ਹੈ, ਸਾਨੂੰ ਕਹਿੰਦੇ ਵੀ ਸੁਣਤਾ ਗੱਲ ਰਹੀ ਮੈਂ ਮੰਨੀ ਨੀ, ਦੂਜੇ ਪਾਸੇ ਸੁਣਤਾ ਰਹੀ ਮਨ ਵੀ ਰਹੀ ਪਰ ਕੀ ਕਰੀਏ ਫਸੇ ਹੋਏ ਆ ਗ੍ਰਹਿਸਥਾਂ ਚ, ਭਜਨ ਕਰਨ ਦਾ ਬਿਰਨਾ ਦਾ ਕੰਮ ਹੈ ਕਹਿਣਗੇ, ਸਤਸੰਗ ਜੀ ਕੋਈ ਕੰਮ ਹੈ ਜਿਹੜਾ ਕਹੀਏ ਮੈਂ ਬਿਰ ਕੱਢ ਕੇ ਕਰੂੰਗਾ ਵਿੱਚੇ ਹੀ ਕਰਨਾ, ਇਸ ਕਰਕੇ ਆਪ ਕਰਦੇ ਪੜੋ ਗੁਰ ਕਿਰਪਾ ਤੇ ਹਰ ਮਨ ਵਸਾਈ, ਗੁਰੂ ਦੀ ਕਿਰਪਾ ਹੁੰਦੀ ਹੈ ਤਾਂ ਆਪਾਂ ਸੰਗਤ ਚ ਆਉਂਦੇ ਹਾਂ, ਫਿਰ ਸੰਗਤ ਆਪਾਂ ਸਤਸੰਗ ਜੀ ਮਨ ਹਿਰਦੇ ਚ ਵਿਸ਼ਵਾਸ ਕਰਦੇ, ਗੁਰੂ ਕੀ ਸੰਗਤ ਦੇ ਵਿੱਚੋਂ ਨਾਮ ਦੀ ਆਵਾਜ਼ ਆਉਣੀ ਹੈ, ਹੋਰ ਕੋਈ ਆਉਣੀ ਨਹੀਂ ਹੈ, ਸੇ ਤਨ ਮਹੰਤ ਹਰ ਨਾਮ ਤੇ ਵਲਾਏ, ਹੁਣ ਤਨ ਮਹੰਤ ਧਨ ਪਤੀ ਕੌਣ ਹੈ, ਗੁਰਮਤਿ ਦੇ ਅਨੁਕੂਲ ਸਾਧ ਸੰਗਤ ਜੀ, ਜਿਨ ਕੈ ਪਰਦਾ ਧਨ ਵਸੈ ਤਿਨ ਕਾ ਨਾਮ ਫਕੀਰ, ਜਿਨ ਕੈ ਹਿਰਦੈ ਤੂੰ ਵਸੈ।